ਵਿੱਚ ਤੁਹਾਡਾ ਸਵਾਗਤ ਹੈ ਹੁਣ ਹਰ ਖਬਰ ਤੁਹਾਡੇ ਤੱਕ ਭਾਰਤੀ ਕਾਨੂੰਨੀ ਏਕਤਾ ਵਰਾਹਾ ਬਲਾਕ ਭਵਾਨੀਗੜ੍ਹ ਤੋਂ ਸੰਗਤ ਚੱਲੀ ਹੈ ਦਿੱਲੀ ਵਾਸਤੇ ਰਵਾਨਾ ਹੋਈ ਹੈ ਸੰਗਤ ਤਾਂ ਜਿਹੜੀ ਸੰਗਤ ਨੇ ਜਾ ਕੇ ਪਹਿਲਾਂ ਲੰਗਰ ਪਾਣੀ ਦਾ ਪ੍ਰਬੰਧ ਕਰਨਾ ਹੈਗਾ ਉਹ ਚੱਲੀ ਹੈ ਸੰਗਤ ਸਾਡੀਆਂ ਲਗਾਤਾਰ ਤੁਰ ਰਹੀਆਂ ਨੇ ਕਬਲੀ ਤੋਰੋ ਕਰਨ ਵਾਲੀਆਂ ਤੁਰਨ ਲੱਗੀਆਂ ਨੇਗੀਆਂ ਜਿਹੜਾ ਮੋਦੀ ਹਕੂਮਤ ਕਹਿੰਦੀ ਹੈਗੀ ਵੀ ਇਸ ਕਾਨੂੰਨ ਨੂੰ ਮੈਂ ਧੱਕੇ ਨਾਲ ਲੋਕਾਂ ਦੇ ਉੱਤੇ ਮੜ ਦੂੰਗੀ ਬਹਿਜੋ ਕਰਨੇ ਵਿਚਾਰ ਅੱਖਾਂ ਦੇ ਅਸੀਂ ਉਸ ਕਾਨੂੰਨ ਨੂੰ ਕਦੇ ਵੀ ਹਰ ਕਿਸੇ ਨੀ ਬਰਦਾਸ਼ਤ ਕਰਾਂਗੇ ਆਹ ਅਸੀਂ ਡੇਰੇ ਲਾ ਕੇ ਟਰਾਲੀਆਂ ਮੜ ਕੇ ਪੂਰੀਆਂ ਆਹ ਦੇਖੋ ਟਰਾਲੀਆਂ ਕਿਸ ਤਰੀਕੇ ਨਾਲ ਮੜੀਆਂ ਨੇ ਸੰਗਤ ਨੇ ਪੱਕੇ ਘਰ ਬਣਾ ਕੇ ਪੱਕੇ ਘਰ ਬਣਾ ਕੇ ਚੱਲਿਆਂਗੇ ਗੋਰੀ ਮਿਸਰਾ ਸਾਰਾ ਰਾਸ਼ਨ ਪਾਣੀ ਟਰਾਲੀਆਂ ਦੇ ਵਿੱਚ ਹੈਗਾ ਸਾਡਾ ਇਸ ਕਰਕੇ ਉਸ ਹਕੂਮਤ ਨੂੰ ਦੱਸਣਾ ਚਾਹੁੰਦੇ ਵੀ ਖਬਰਦਾਰ ਹੋ ਜਾਓ ਹਾਈ ਫਲੱਡ ਬਲਾਕ ਭਵਾਨੀਗੜ੍ਹ ਤੋਂ ਜਿਹੜੀਆਂ 10-11 ਟਰਾਲੀਆਂ ਸੀ ਇੱਧਰ ਜਿਹੜਾ ਮਹਿਲਾ ਚੌਂਕ ਤੋਂ ਹੁੰਦੇ ਹੋਏ ਬਾਕੀ ਕੁਝ ਸਾਡੀਆਂ ਉਧਰੋਂ ਬਲਿਆਲ ਪਾਸੇ ਵਾਲੀ ਸਾਈਡ ਤੋਂ ਦੜਬੇ ਇਕੱਠੇ ਹੋਵਾਂਗੇ ਅੱਜ ਅਸੀਂ ਤਕਰੀਬਨ 4-5 ਵਜੇ ਜਿਹੜਾ ਅਸੀਂ ਦੜਬੇ ਤੋਂ ਇਕੱਠੇ ਹੋ ਕੇ ਚੱਲਣਾ ਉਹ ਸਾਡਾ ਰੂਟ ਬਣਿਆ ਸੀ ਭਵਾਨੀਗੜ੍ਹ ਬਲਾਕ ਦੀ ਸਾਰੀ ਟੀਮ ਅੱਜ ਟਰਾਲੀਆਂ ਭਰ ਕੇ ਅਸੀਂ ਜਿਹੜਾ ਉੱਥੇ ਅੱਗੇ ਲੰਗਰ ਪਾਣੀ ਦਾ ਪੂਰੀ ਤਿਆਰੀ ਕਰਨੀ ਆ ਆਹ ਪਿੰਡਾਂ ਦੇ ਵਿੱਚੋਂ ਟਰਾਲੀਆਂ ਦੇ ਫੁੱਲ ਗਿਣਤੀ 'ਚ ਜਾ ਰਹੇ ਨੇ ਭਾਰਤੀ ਕਿਸਾਨੀ ਏਕਤਾ ਵਰਾਹਾ ਜਿੰਦਾਬਾਦ ਭਾਰਤੀ ਕਿਸਾਨੀ ਏਕਤਾ ਵਰਾਹਾ ਜਿੰਦਾਬਾਦ ਮੋਦੀ ਹਕੂਮਤ ਮੁਰਦਾਬਾਦ ਮੁਰਦਾਬਾਦ ਮੋਦੀ ਹਕੂਮਤ ਮੁਰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਮੇਰੀ 420 ਕੱਲੇ ਕੱਲੇ ਮਾਰ ਨਾ ਖਾਓ ਅੱਗੇ ਹੋ ਕੇ ਅੱਗੇ ਆਓ।